ਸਰ ਮੈਂ ਬਦਮਾਸ਼ਾਂ ਨੂੰ ਜਾਣਦਾ ਨਹੀਂ ਹੈਗਾ। ਮੈਂ ਸਕੂਲ ਤੋਂ ਛੁੱਟੀ ਹੋਈ ਜਦੋਂ ਨਿਕਲਿਆ ਸੁਭਾਸ਼ ਨਗਰ 10 ਨੰਬਰ ਗਲੀ 'ਚ, ਮੇਰੇ 3 ਮੁੰਡਿਆਂ ਨੇ ਜ਼ੋਰ ਹਥਿਆਰਾਂ ਨਾਲ ਵਾਰਦਾਤ ਕੀਤੀ ਹੈ ਮੇਰੇ ਨਾਲ। ਤਾਂ ਇਹਨਾਂ ਨੇ ਆਪਣੀ ਗਲਤੀ ਮੰਗੀ ਸਰ, ਮੇਰਾ ਕੋਈ ਕੁਛ ਸਰ, ਉਹਨਾਂ ਨੇ ਉਸਕੇ ਭਾਈ ਨੇ ਬੁਲਾਇਆ ਬੰਦੇ ਕਿ ਇਹਨੇ ਇਹ ਵੀ ਇਸਕਾ ਵੀ ਚਿਹਰਾ ਦਿਖਾ ਦਿਆ। ਉਸਕੇ ਭਾਈ ਨੇ ਪ੍ਰਿੰਸੀਪਲ ਕੇ ਸਾਹਮਣੇ ਕਹਾ ਮੈਂ ਇਸਕੋ ਬਾਹਰ ਮੇਂ ਦਾਂਤ ਮਾਰੂੰਗਾ। ਕੜੇ ਮਾਰੇ ਆ ਸਿਰ 'ਤੇ ਜੀ, ਅਤੇ ਗਰਦਨ ਨਹੀਂ ਘੁੰਮਦੀ ਪਈ ਆ, ਸੱਟ ਲੱਗੀ ਹੈ ਜ਼ਿਆਦਾ, ਚੈਸਟ ਵੀ ਸੁੱਜੀ ਹੋਈ ਹੈ। ਉਧਰ ਸੇ ਜਬ ਗਿਆ ਤਾਂ ਸਰ ਮੇਰਾ ਮੁੰਡਾ ਬੋਲੇ ਕਿ ਨਿਕਲ ਚੁੱਕਾ। ਜਬ ਮੈਂ ਉਧਰ ਸੇ ਆ ਰਹਾ ਤਾਂ ਸਰ ਇਤਨੀ ਭਗਦੜ ਮਚੀ ਸੀ ਗਲੀਓ ਮੇਂ ਕਿ ਮੇਰੇ ਕੋ ਨਿਕਲਤੇ ਕਿਸੀ ਕੇ ਹੱਥ ਮੇਂ ਖੂਨ ਲਗਾ ਥਾ ਅਤੇ ਕਹੀਂ ਛੀਟੇ ਪੜੇ ਥੇ ਖੂਨ ਕੇ। ਤਾਂ ਮੈਂ ਘਰੇ ਆਇਆ ਤਾਂ ਪਤਾ ਚਲਾ ਜੇ ਸਾਡੇ ਮੁੰਡੇ 'ਤੇ ਹਮਲਾ ਹੋ ਗਿਆ। ਉਹ ਹਾਲੇ ਤੱਕ ਤਾਂ ਕੁਛ ਨਹੀਂ ਹੋਇਆ ਵਾ, ਅਤੇ ਪੁਲਿਸ ਵਾਲੇ ਅੱਗੇ ਆਪਣਾ ਗਏ, ਕਹਿੰਦੇ ਆਪਾਂ ਜਾ ਰਹੇ ਨਹੀਂ ਕਰਦੇ। ਪਤਾ ਲੱਗਿਆ ਕੋਈ CCTV ਵਗੈਰਾ ਉੱਥੇ ਕੁਛ ਨਿਕਲੇ? ਹਾਲੇ ਕੁਛ ਨਹੀਂ ਸਾਨੂੰ ਪਤਾ ਲੱਗਿਆ। ਉਸ ਵਾਸਤੇ ਕੋਈ ਨਹੀਂ ਵਾ ਜੋ ਮੁੰਡੇ 10ਵੀਂ ਕਲਾਸ ਕੇ ਕਿਸੀ ਕੀ ਵਰਦੀ ਫਾੜ ਦੇਂਗੇ। ਮੇਰੇ ਛੋਟੇ ਛੋਟੇ ਦੋ ਬੱਚੇ ਔਰ ਵੀ ਪੜ੍ਹਤੇ ਹੈ, ਉਨਕੀ ਵਰਦੀਆਂ ਬੈਗ ਸਭ ਫਾੜ ਦੇਤੇ ਹੈ। ਸਕੂਲ ਮੇਂ ਕੋਈ ਸਹੂਲੀਅਤ ਨਹੀਂ ਹੈ, ਮੈਡਮੇ ਸਾਰੀ ਆਪਣੀ ਕਲਾਸ ਛੋੜ ਕੇ ਅਲੱਗ ਬੈਠੀ ਰਹਿਤੀ ਹੈ। ਉਹਨਾਂ ਨੇ ਮਤਲਬ ਮੈਨੂੰ ਕਿਸੇ ਵਿੱਚ ਦੇਖਿਆ ਸੀ ਲੜਾਈ ਦੇ ਵਿੱਚ, ਕਹਿੰਦੇ ਤੂੰ ਛੁਡਾਉਣ ਆਇਆ ਸੀਗਾ ਤਾਂ ਤੈਨੂੰ ਮਾਰਾਂਗੇ। ਉਹ ਮੈਨੂੰ ਸਰ ਦੇ ਸਾਹਮਣੇ ਕਹਿ ਕੇ ਤੇਰੇ ਦਾਤ ਖੰਡੇ ਮਾਰਨੇ ਸੀ। ਕਾਰਨ ਇਹ ਸੀਗਾ ਕਿ ਉਹਨਾਂ ਦੇ ਭਰਾ ਸਕੂਲ ਵਿੱਚ ਪੜ੍ਹਦੇ ਸੀ, ਆਪਾਂ ਛੁਡਾਉਣ ਗਏ ਸੀਗੇ ਅਤੇ ਉਹਨਾਂ ਨੇ ਸਾਡੇ ਦੇ ਕਲਾਸ ਵਿੱਚ ਸਾਨੂੰ ਮਾਰਿਆ, ਅਤੇ ਉਹਦੇ ਹਾਂਜੀ ਅਤੇ ਉਹਦੇ ਭਰਾ ਨੇ ਸਾਨੂੰ ਦੇਖ ਲਿਆ। ਉਹ ਬਾਹਰ ਆਇਆ, ਕਹਿੰਦਾ ਇਹੀ ਮੁੰਡਾ ਹੈਗਾ ਵਾ ਸਰ ਦੇ ਸਾਹਮਣੇ, ਅਤੇ ਸਰ ਨੇ ਕਿਹਾ ਕਿ ਜਾਓ ਆਪ ਹੁਣ ਨਹੀਂ ਕਰੂਗੇ ਕੋਈ। ਫਿਰ ਜਦੋਂ ਮੇਰੀ ਛੁੱਟੀ ਹੋਈ ਕੱਲ੍ਹ ਅਤੇ ਮੈਂ ਬਾਹਰ ਨਿਕਲਿਆ, ਉਹਨਾਂ ਨੇ ਮੈਨੂੰ ਫੜ ਲਿਆ ਬਾਹਰ ਸਾਰੇ ਮੁੰਡਿਆਂ ਨੇ। ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ, ਅਤੇ ਮੈਂ ਹਾਂ ਯੁਵਮ ਬੇਰੀ। ਵਿਦਿਆਰਥੀ ਸਕੂਲ ਤੋਂ ਆ ਰਹੇ ਵਿਦਿਆਰਥੀ ਨੂੰ ਕੁਛ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉੱਤੇ ਹਮਲਾ ਕੀਤਾ। ਜਾਣਕਾਰੀ ਲੈ ਲੈਣੇ ਮੇਰੇ ਨਾਲ ਉਹ ਵਿਦਿਆਰਥੀ ਜੁੜ ਚੁੱਕਿਆ ਹੋਇਆ। ਕੀ ਨਾਮ ਹੈ ਤੁਹਾਡਾ? ਸ਼ਿਵਾ। ਸ਼ਿਵਾ, ਹੋਇਆ ਕੀ ਸੀਗਾ, ਕੌਣ ਸੀਗੇ ਇਹ ਬਦਮਾਸ਼? ਸਰ ਮੈਂ ਬਦਮਾਸ਼ਾਂ ਨੂੰ ਜਾਣਦਾ ਨਹੀਂ ਹੈਗਾ। ਮੈਂ ਸਕੂਲ ਤੋਂ ਛੁੱਟੀ ਹੋਈ ਜਦੋਂ ਨਿਕਲਿਆ ਸੁਭਾਸ਼ ਨਗਰ 10 ਨੰਬਰ ਗਲੀ 'ਚ, ਮੇਰੇ 3 ਮੁੰਡਿਆਂ ਨੇ ਜ਼ੋਰ ਹਥਿਆਰਾਂ ਨਾਲ ਵਾਰਦਾਤ ਕੀਤੀ ਹੈ ਮੇਰੇ ਨਾਲ। ਮੁੰਡਿਆਂ ਨੇ ਕੁੱਟਿਆ ਵਾ ਬਿਨਾਂ ਗਲਤੀ ਤੋਂ। ਕੌਣ ਮੁੰਡੇ ਕੌਣ ਨੇ? ਕਿੰਨੇ ਵਜੇ ਦਾ ਸਮਾਂ ਹੋਣਾ? ਉਹ ਸਮਾਂ 5:30 ਦਾ ਹੋਣਾ। ਕਿੱਥੋਂ ਆ ਰਹੇ ਸੀ ਅਤੇ ਤੁਸੀਂ ਕਿੱਥੋਂ ਜਾ ਰਹੇ ਸੀ? ਮੈਂ ਸਕੂਲੋਂ ਆ ਰਿਹਾ ਸੀਗਾ, ਸੁਭਾਸ਼ ਨਗਰ ਸਰਕਾਰੀ ਸਕੂਲ। ਘਰੇ ਆ ਰਿਹਾ ਸੀ ਮੈਂ। ਕੁਛ ਕੀ ਕੀ ਚੀਜ਼ਾਂ ਮਾਰੀਆਂ ਉਹਨੇ ਤੁਹਾਡੇ ਸਿਰ 'ਤੇ? ਕਿਤੇ ਕਿਤੇ ਚੋਟ ਨੇ? ਕੜੇ ਮਾਰੇ ਆ ਸਿਰ 'ਤੇ ਜੀ, ਅਤੇ ਗਰਦਨ ਨਹੀਂ ਘੁੰਮਦੀ ਪਈ ਆ, ਸੱਟ ਲੱਗੀ ਹੈ ਜ਼ਿਆਦਾ, ਚੈਸਟ ਵੀ ਸੁੱਜੀ ਹੋਈ ਆ। ਡਾਕਟਰ ਦਿਖਾਇਆ ਕੋਈ MRL ਕਟਾਈ ਕੋਈ? ਹਾਂਜੀ, MLR ਸਾਰਾ ਕੁਛ ਹੈਗੀ ਆ ਥਾਣੇ। ਡਾਕਟਰ ਨੇ ਕਿਹਾ ਵਾ ਕਿ MLR ਥਾਣੇ ਭੇਜ ਦਿੰਦੇ ਹਾਂ, ਅੱਗੇ ਕਾਰਵਾਈ ਹੋ ਜੂਗੀ। ਥਾਣੇ ਗਈ ਹੋ ਅਤੇ ਪੁਲਿਸ ਨੇ ਕੀ ਕਾਰਵਾਈ ਕਰਾਈ ਤੁਹਾਡੇ? ਉਹ ਹਾਲੇ ਤੱਕ ਤਾਂ ਕੁਛ ਨਹੀਂ ਹੋਇਆ ਵਾ, ਅਤੇ ਪੁਲਿਸ ਵਾਲੇ ਅੱਗੇ ਆਪਣਾ ਗਏ, ਕਹਿੰਦੇ ਆਪਾਂ ਜਾ ਰਹੇ ਨਹੀਂ ਕਰਦੇ। ਪਤਾ ਲੱਗਿਆ ਕੋਈ CCTV ਵਗੈਰਾ ਉੱਥੇ ਕੁਛ ਨਿਕਲੇ? ਹਾਲੇ ਕੁਛ ਨਹੀਂ ਸਾਨੂੰ ਪਤਾ ਲੱਗਿਆ। ਕੋਈ ਵਿਅਕਤੀ ਕੌਣ ਸੀਗੇ? ਉਹ ਕੋਈ ਨੌਜਵਾਨ ਸੀਗੇ ਅਤੇ ਕੋਈ ਰੰਜਿਸ਼ ਵਗੈਰਾ ਤਾਂ ਨਹੀਂ ਲੱਗੀ? ਉਹਨਾਂ ਨੇ ਮਤਲਬ ਮੈਨੂੰ ਕਿਸੇ ਵਿੱਚ ਦੇਖਿਆ ਸੀ ਲੜਾਈ ਦੇ ਵਿੱਚ, ਕਹਿੰਦੇ ਤੂੰ ਛੁਡਾਉਣ ਆਇਆ ਸੀਗਾ ਤਾਂ ਤੈਨੂੰ ਮਾਰਾਂਗੇ। ਉਹ ਮੈਨੂੰ ਸਰ ਦੇ ਸਾਹਮਣੇ ਕਹਿ ਕੇ ਤੇਰੇ ਦਾਤ ਖੰਡੇ ਮਾਰਨੇ ਸੀ। ਕੌਣ ਕਿੱਥੇ ਦੇ ਰਹਿਣ ਵਾਲੇ, ਕੁਛ ਪਤਾ ਇੱਦਾਂ ਦਾ? ਕੁਛ ਵੀ ਨਹੀਂ ਪਤਾ, ਬਸ ਇੰਨਾ ਪਤਾ ਕਿ ਉਹ ਚੁੰਗੀ ਸਾਈਡ ਦੇ ਮੁੰਡੇ ਨੇ। ਜਿੱਦਾਂ ਕਿ ਉਹ ਤੇਰੇ ਹਾਂਦੇ ਨੇ ਜਾਂ ਤੇਰੇ ਕਲਾਸਮੇਟ ਨੇ ਕੀ ਨੇ? ਮੇਰੇ ਕਲਾਸਮੇਟ ਵੀ ਨਹੀਂ ਹੈਗੇ ਉਹ, ਮੈਂ ਜਾਣ ਪਛਾਣ ਵੀ ਨਹੀਂ ਹੈਗੀ ਮੇਰੀ ਉਹਨਾਂ ਨਾਲ। ਬਾਹਰ ਦੇ ਨੇ ਉਹ? ਹਾਂਜੀ। ਅਣਪਛਾਤੇ ਨੇ? ਹਾਂਜੀ। ਕਿੰਨੇ ਕੁ ਜਾਣੇ ਨੇ ਤੁਹਾਡੇ 'ਤੇ ਹਮਲਾ ਵਾਰ? 20-25 ਮੁੰਡੇ ਹੋਣਗੇ ਜੀ। ਬਸ ਕਾਰਨ ਕੀ ਸੀਗਾ ਵਾਰ ਕਰਨ ਦਾ? ਕਾਰਨ ਇਹ ਸੀਗਾ ਕਿ ਉਹਨਾਂ ਦੇ ਭਰਾ ਸਕੂਲ ਵਿੱਚ ਪੜ੍ਹਦੇ ਸੀ, ਆਪਾਂ ਛੁਡਾਉਣ ਗਏ ਸੀਗੇ ਅਤੇ ਉਹਨਾਂ ਨੇ ਸਾਡੇ ਦੇ ਕਲਾਸ ਵਿੱਚ ਸਾਨੂੰ ਮਾਰਿਆ, ਅਤੇ ਉਹਦੇ ਹਾਂਜੀ ਅਤੇ ਉਹਦੇ ਭਰਾ ਨੇ ਸਾਨੂੰ ਦੇਖ ਲਿਆ। ਉਹ ਬਾਹਰ ਆਇਆ, ਕਹਿੰਦਾ ਇਹੀ ਮੁੰਡਾ ਹੈਗਾ ਵਾ ਸਰ ਦੇ ਸਾਹਮਣੇ, ਅਤੇ ਸਰ ਨੇ ਕਿਹਾ ਕਿ ਜਾਓ ਆਪ ਹੁਣ ਨਹੀਂ ਕਰੂਗੇ ਕੋਈ। ਫਿਰ ਜਦੋਂ ਮੇਰੀ ਛੁੱਟੀ ਹੋਈ ਕੱਲ੍ਹ ਅਤੇ ਮੈਂ ਬਾਹਰ ਨਿਕਲਿਆ, ਉਹਨਾਂ ਨੇ ਮੈਨੂੰ ਫੜ ਲਿਆ ਬਾਹਰ ਸਾਰੇ ਮੁੰਡਿਆਂ ਨੇ।
ਬਾਹਰੋਂ ਮੁੰਡੇ ਬੁਲਾਏ ਸੀਗੇ ਜਾਂ ਕੀ ਸਕੂਲ ਦੇ ਸੀਗੇ? ਬਦਮਾਸ਼ ਬੁਲਾਏ ਸੀਗੇ। ਹਾਂਜੀ, ਘੱਟੋ ਘੱਟ 20 ਤੋਂ 25 ਜਾਣੇ ਸੀ। ਠੀਕ ਹੈ, ਅਤੇ ਉਸ ਤੋਂ ਬਾਅਦ ਜਿਹੜਾ ਕਿ ਤੁਸੀਂ ਉੱਥੇ ਕੋਈ ਪੁਲਿਸ ਨੂੰ ਇਤਲਾਹ ਦਿੱਤੀ ਕਿਸੇ ਸਕੂਲ ਵਾਲੇ ਨੇ? ਨਹੀਂ, ਕੁਛ ਨਹੀਂ ਦਿੱਤਾ ਉਹਨਾਂ ਨੇ, ਆਪਾਂ ਜੋ ਦੱਸਿਆ ਵਾ ਫੋਨ ਕੀਤਾ, ਕਾਲ ਕੀਤੀ ਸੀਗੀ ਪੁਲਿਸ ਵਾਲਿਆਂ ਨੂੰ 112 'ਤੇ, ਅਤੇ ਉਹ ਮੌਕੇ 'ਤੇ ਨਹੀਂ ਆਏ, ਥੋੜ੍ਹੀ ਦੇਰ ਬਾਅਦ ਆਏ। ਸਾਰੀ ਕੰਪਲੇਂਟ ਤੁਸੀਂ ਲਿਖਾਈ ਪੁਲਿਸ ਨੂੰ ਦੱਸੀ ਕਿ ਸਾਰੀ ਵਾਰਦਾਤ ਇੰਨਾ ਹੋਈ ਹੈ? ਹਾਂਜੀ ਹਾਂਜੀ, ਲਿਖਾ ਤੀ ਕੱਲ੍ਹ ਰਾਤੀ। 5:30 ਦਾ ਟਾਈਮ ਸੀ ਕਿ ਸ਼ਾਮ ਰਾਤ ਦਾ ਟਾਈਮ? 5:30 ਵਜੇ ਸ਼ਾਮ ਹੋ ਰਹੀ ਸੀ ਕੱਲ੍ਹ, 5:30 ਦੇ ਟਾਈਮ ਛੁੱਟੀ ਹੋਈ ਸੀ। 5:30 ਵਜੇ ਮੈਂ ਡੈਡੀ ਨੂੰ ਕਾਲ ਕੀਤਾ ਕਿ ਮੈਨੂੰ ਲੈਣਾ ਜੋ ਮੁੰਡੇ ਖੜ੍ਹੇ ਮੈਨੂੰ ਮਾਰਨ ਵਾਸਤੇ ਬਾਹਰ, ਅਤੇ ਡੈਡੀ ਦਾ ਫੋਨ ਨਹੀਂ ਲੱਗਿਆ, ਅਤੇ ਉੰਨੀ ਦੇਰ 'ਚ ਉਹਨਾਂ ਨੇ ਮੈਨੂੰ ਦੁਕਾਨ 'ਚੋਂ ਖਿੱਚ ਲਿਆ, ਬਾਹਰ ਕੁੱਟਣ ਲੱਗ ਗਏ। ਫਿਰ ਮੈਂ ਉੱਥੋਂ 20 ਤੋਂ 25 ਮਿੰਟ ਛੁਡਾ ਕੇ ਆਪਣੇ ਆਪ ਨੂੰ ਭੱਜਿਆ ਕਿਸੇ ਤਰ੍ਹਾਂ। ਫਿਰ ਉਹ ਮੈਨੂੰ ਲੱਭਦੇ ਪਏ ਸੀ, ਉਹਨਾਂ ਕੋਲ ਹਥਿਆਰ ਵੀ ਸੀਗੇ। ਹਥਿਆਰ ਸੀਗੇ? ਦਾਤ ਖੰਡੇ ਸੀਗੇ ਉਹਨਾਂ ਕੋਲ, ਹੱਥਾਂ 'ਚ ਮੋਟੇ ਕੜੇ ਪਾਏ ਹੋਏ ਸੀ। ਹਾਂਜੀ, ਕਿਆ ਨਾਮ ਹੈ? ਜੀ ਮੇਰਾ ਨਾਮ ਸੰਤ ਰਾਮ ਹੈ। ਕਿਆ ਕਰਤੇ ਸਰ? ਮੈਂ ਗਾੜੀ ਗੁੜੀ ਚਲਾਤਾ ਹੂੰ, ਕੱਪੜੇ ਵਗੈਰਾ ਕਾ ਕਾਮ ਕਰਤਾ ਹੂੰ। ਕਿਆ ਹੋਤਾ ਹੈ ਲੜਕੇ ਕੋ ਸਕੂਲ ਸੇ ਲੇਨੇ ਕੇ ਲੀਏ? ਕਿਆ ਸਰ, ਸਕੂਲ ਤੋਂ ਮੈਂ ਬਰਾਬਰ ਲੇਨੇ ਜਾਤਾ ਹੂੰ, ਛੋੜ ਕੇ ਵੀ ਆਤਾ ਹੂੰ। ਅਤੇ 2 ਦਿਨ ਪਹਿਲੇ ਕੋਈ ਲੜਾਈ ਥੀ 10ਵੀਂ ਕਲਾਸ ਕੇ ਬੱਚੇ ਕੀ, ਅਤੇ ਮੇਰਾ ਮੁੰਡਾ ਤਾਂ 11ਵੀਂ ਮੈਂ ਪੜ੍ਹ ਰਿਹਾ ਥਾ, ਅਤੇ ਲੰਘ ਰਿਹਾ ਥਾ, ਪਾਣੀ ਪੀਣੇ ਜਾ ਰਿਹਾ ਥਾ, ਦੂਸਰੀ ਮੰਜ਼ਿਲ 'ਤੇ, ਦੂਸਰੀ ਮੰਜ਼ਿਲ ਹੈ ਨਾ, ਅਤੇ ਉਹ ਲੋਕ ਲੜ ਰਹੇ ਥੇ ਬਹੁਤ ਜ਼ਿਆਦਾ, ਅਤੇ ਇਹ ਛੁੜਾਉਣੇ ਲੱਗ ਗਿਆ, ਅਤੇ ਜੋ ਛੁੜਾ ਦਿਆ ਨਾ, ਤਾਂ ਇਹਦਾ ਵੀ ਨਾਮ ਆ ਗਿਆ ਪ੍ਰਿੰਸੀਪਲ ਕੋਲ ਕਿ ਇਹ ਵੀ ਥਾ, ਤਾਂ ਇੱਧਰ ਆ ਜਾਓ ਪ੍ਰਿੰਸੀਪਲ ਕੋਲ, ਇਹਦਾ ਵੀ ਨਾਮ ਥਾ। ਤਾਂ ਪ੍ਰਿੰਸੀਪਲ ਨੇ ਕਿਹਾ ਤੁਮ ਲੋਕ ਲੜਤੇ ਹੋ, ਤਾਂ ਬੋਲਾ ਸਰ ਮੇਰਾ ਕੋਈ ਕਸੂਰ ਨਹੀਂ ਹੈ, ਫਿਰ ਵੀ ਮੈਂ ਗਲਤੀ ਮੰਗ ਰਿਹਾ ਹੂੰ ਕਿ ਸਰ ਮੈਂ ਛੁੜਾ ਰਿਹਾ ਥਾ। ਤਾਂ ਇਹਨਾਂ ਨੇ ਆਪਣੀ ਗਲਤੀ ਮੰਗੀ, ਸਰ ਮੇਰਾ ਕੋਈ ਕਸੂਰ, ਸਾਰੇ ਉਹਨਾਂ ਨੇ ਉਸਕੇ ਭਾਈ ਨੇ ਬੁਲਾਇਆ ਬੰਦੇ ਕਿ ਇਹਨੇ ਇਹ ਵੀ ਇਸਕਾ ਵੀ ਚਿਹਰਾ ਦਿਖਾ ਦਿਆ, ਉਸਕੇ ਭਾਈ ਨੇ ਪ੍ਰਿੰਸੀਪਲ ਕੇ ਸਾਹਮਣੇ ਕਿਹਾ ਮੈਂ ਇਸਕੋ ਬਾਹਰ ਮੈਂ ਦਾਂਤ ਮਾਰੂੰਗਾ, ਗਣਾਸੇ ਚਲਵਾ ਦੂੰਗਾ, ਮੁੰਡਾ ਡਰ ਗਿਆ, ਮੇਰੇ ਕੋ ਬਤਾਇਆ ਨਹੀਂ, ਇਸਕੀ ਮੰਮੀ ਕੋ ਬਤਾਇਆ, ਇਸਕੀ ਮੰਮੀ ਗਈ, ਇਤਨੀ ਛੋਟੀ ਸੀ ਬਾਤ ਉਹ ਨਹੀਂ ਬਤਾਇਆ ਕਿ ਚਲੋ ਬੱਚੇ ਬੱਚੇ ਕੀ ਬਾਤ ਹੈ। ਉਸਕੇ ਭਾਈ ਨੇ ਧਮਕੀ ਦਿਆ ਪ੍ਰਿੰਸੀਪਲ ਸਰ ਕੇ ਸਾਹਮਣੇ, ਅਤੇ ਅਗਲੇ ਦਿਨ ਜਬ ਮੈਂ ਸੁਬਹਾ ਛੋੜ ਕੇ ਆਇਆ 12 ਵਜੇ, ਦੁਪਹਿਰ ਕੇ 12:30 ਵਜੇ, ਤਾਂ ਗਾਰਡ ਬੋਲਤਾ ਇਧਰ ਬੜਾ ਗੁੰਡਾਗਰਦੀ, ਆਪਣੇ ਬੱਚੇ ਕੋ ਆਓ ਲੈ ਜਾਓ, ਅੰਦਰ ਦੀ ਜ਼ਿੰਮੇਦਾਰੀ ਮੇਰੀ ਹੈ, ਬਾਹਰ ਦੀ ਨਹੀਂ ਹੈ। ਜਬ 5:15 ਵਜੇ ਮੈਂ ਗਿਆ, ਮੋਬਾਈਲ ਮੈਂ ਘਰੇ ਛੱਡ ਗਿਆ, ਚਾਰਜ ਨਹੀਂ ਸੀਗਾ। ਉਧਰ ਸੇ ਜਬ ਗਿਆ ਤਾਂ ਸਰ ਮੇਰਾ ਮੁੰਡਾ ਬੋਲੇ ਕਿ ਨਿਕਲ ਚੁੱਕਾ। ਜਬ ਮੈਂ ਉਧਰ ਸੇ ਆ ਰਿਹਾ ਥਾ ਸਰ, ਇਤਨੀ ਭਗਦੜ ਮਚੀ ਥੀ ਗਲੀਓ ਮੈਂ ਕਿ ਮੇਰੇ ਕੋ ਨਿਕਲਤੇ ਕਿਸੀ ਕੇ ਹੱਥ ਮੇਂ ਖੂਨ ਲਗਾ ਥਾ, ਅਤੇ ਕਹੀਂ ਛੀਟੇ ਪੜੇ ਥੇ ਖੂਨ ਕੇ, ਤਾਂ ਮੈਂ ਘਰੇ ਆਇਆ ਤਾਂ ਪਤਾ ਚਲਾ ਜੇ ਸਾਡੇ ਮੁੰਡੇ 'ਤੇ ਹਮਲਾ ਹੋ ਗਿਆ। ਮੈਂ ਭੱਜਦੇ ਗਿਆ ਸਰ, ਤਾਂ ਦੇਖਾ ਕਿ ਇਹ ਬੇਹੋਸ਼ ਪੜਾ ਹੈ। ਮੌਕੇ 'ਤੇ ਮੈਂ ਪ੍ਰਸ਼ਾਸਨ 100 ਨੰਬਰ ਫੋਨ ਕਰਨ ਲੱਗੇ ਨਾ, ਫਿਰ ਫੋਨ ਕੀਆ ਲੱਗ ਗਿਆ, ਕਹਿੰਦੇ ਹੁਣ ਇਹ ਥਾਣੇ 'ਤੇ ਪੁਲਿਸ ਆ ਰਹੀ ਹੈ, ਘੰਟਾ ਹੋ ਗਿਆ, ਅਤੇ ਨਾ ਕੋਈ ਐਂਬੂਲੈਂਸ ਆਈ, ਮੁੰਡਾ ਮੇਰਾ ਸੀਰੀਅਸ ਥਾ, ਮੈਂ ਸਿਵਲ ਲੈ ਕੇ 6:30 ਵਜੇ ਭਾਗਾ, ਅਤੇ ਵਹਾਂ ਪੇ ਸਾਰਾ MR ਕਰਾਇਆ, ਜਿਹੜਾ ਡਾਕਟਰੀ ਹੈ, ਫਿਰ ਆਇਆ ਰਾਤ 11 ਵਜੇ ਥਾਣੇ ਮੈਂ। ਉਹ ਬੋਲੇ ਸੁਭਾਸ਼ ਨਗਰ ਚੌਕੀ ਜਾਓ। ਹਮਾਰੇ ਲੜਕੇ ਕੀ ਅਭੀ 19ਵਾਂ ਸਾਲ ਲਗਾ ਹੈ ਸਰ। ਹਾਂਜੀ, ਪਹਿਲੇ ਪ੍ਰਾਈਵੇਟ ਮੈਂ 10 ਸਾਲ ਪੜ੍ਹਾ, ਕੋਈ ਸ਼ਿਕਾਇਤ ਨਹੀਂ, ਮੇਰਾ ਬੱਚਾ ਕਹੀਂ ਨਹੀਂ ਲੜਤਾ ਹੈ। ਲੜਾਈ ਝਗੜਾ ਕਿਉਂ ਹੋਇਆ ਥਾ ਕਿ ਰਣਜੀਤ ਵਗੈਰੀ ਜਾਂ ਕੋਈ ਪੁਰਾਣੀ ਦੁਸ਼ਮਣੀ ਸੀ? ਕੋਈ ਸਰ ਨਾ ਪੁਰਾਣੀ ਦੁਸ਼ਮਣੀ ਨਾ ਕੋਈ ਰਣਜੀਤ, ਉਸਮੇ ਬਦਮਾਸ਼ ਬੱਚੇ ਸਾਰੇ ਪੜ੍ਹ ਰਹੇ ਹੈ, ਉਹ ਮੁਸਲਮਾਨ ਪ੍ਰਿੰਸੀਪਲ ਸੇ ਕੋਈ ਨਹੀਂ ਹੁਆ, ਜਬ ਉਹ ਮੁੰਡੇ 10ਵੀਂ ਕਲਾਸ ਕੇ ਕਿਸੀ ਕੀ ਵਰਦੀ ਫਾੜ ਦੇਂਗੇ, ਮੇਰੇ ਛੋਟੇ ਛੋਟੇ 2 ਬੱਚੇ ਔਰ ਵੀ ਪੜ੍ਹਤੇ ਹੈ, ਉਨਕੀ ਵਰਦੀਆਂ ਬੈਗ ਸਭ ਫਾੜ ਦੇਤੇ ਹੈ, ਸਕੂਲ ਮੈਂ ਕੋਈ ਸਹੂਲੀਅਤ ਨਹੀਂ ਹੈ, ਮੈਡਮੇ ਸਾਰੀ ਆਪਣੀ ਕਲਾਸ ਛੋੜ ਕੇ ਅਲੱਗ ਬੈਠੀ ਰਹਿਤੀ ਹੈ। ਬਿਲਕੁਲ, ਤਸਵੀਰਾਂ ਨੇ ਪਰਿਵਾਰ ਦੀਆਂ ਘਰ ਦੀਆਂ, ਜਿੱਥੇ ਕਿ ਇੱਕ ਬਾਪ ਜਿਹੜਾ ਕਿ ਕੱਲ੍ਹ ਆਪਣੇ 19 ਸਾਲ ਦੇ ਨੌਜਵਾਨ ਬੇਟੇ ਨੂੰ ਸਕੂਲੋਂ ਲੈਣ ਜਾਂਦਾ ਵੈ, 5:30 ਵਜੇ ਦਾ ਟਾਈਮ ਹੁੰਦਾ, 5:30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਵੈ ਬਦਮਾਸ਼ਾਂ ਵੱਲੋਂ। 20-25 ਜਾਣੇ ਜਿਹੜੇ ਕਿ ਇਹ ਦੱਸੇ ਜਾ ਰਹੇ ਉਹਨਾਂ ਵੱਲੋਂ ਇਹ ਬਦਮਾਸ਼ ਜਿਹੜੇ ਆਏ ਸੀਗੇ ਇਸ ਨੌਜਵਾਨ ਨੂੰ ਕੁੱਟਣ, 19 ਸਾਲ ਦਾ ਨੌਜਵਾਨ ਹੈ ਜਿਹੜਾ ਕਿ ਆਪਣੇ ਸਕੂਲੋਂ ਦੀ ਜਿਹੜਾ ਕਿ ਹੈ ਘਰ ਵਾਪਸ ਆ ਰਿਹਾ ਸੀਗਾ, ਪੜ੍ਹ ਕੇ ਵਾਪਸ ਆ ਰਿਹਾ ਸੀਗਾ, 20
ਤੋਂ 15 ਤੋਂ 20 ਜਣੇ ਬਦਮਾਸ਼ਾਂ ਨੇ ਇਸ 'ਤੇ ਹਮਲਾ ਕਰਦੇ ਨੇ, ਤੇਜ਼ਧਾਰ ਹਥਿਆਰਾਂ ਨੇ ਇਸ ਦੇ ਉੱਤੇ ਹਮਲਾ ਕਰਦੇ, ਅਤੇ ਉਸ ਤੋਂ ਬਾਅਦ ਨੌਜਵਾਨ ਉੱਥੇ ਕਾਇਲ ਹੋ ਜਾਂਦਾ। ਘੰਟੇ ਬਾਅਦ ਜਿਹੜੀ ਕੀ ਹੈ ਪੁਲਿਸ ਆਉਂਦੀ ਹੈ, ਐਂਬੂਲੈਂਸ ਵਗੈਰਾ ਵੀ ਜਿਹੜੀ ਨਹੀਂ ਆਉਂਦੀ ਹੈ, ਖੁਦ ਮਾਤਾ ਪਿਤਾ ਉਸਨੂੰ ਇੱਕ ਆਪਣੇ ਸਹਾਰੇ ਲੈ ਕੇ ਜਾਂਦੇ ਨੇ, ਸਿਵਲ ਹਸਪਤਾਲ ਦੇ ਵਿੱਚ ਉਸਦਾ ਇਲਾਜ ਕਰਾਉਣ ਲੈ ਕੇ ਜਾਂਦੇ ਨੇ, ਅਤੇ ਬੜੀ ਅਤੇ ਉਸ ਤੋਂ ਬਾਅਦ ਜਿਹੜੀ ਕੀ ਹੈ ਪੁਲਿਸ ਹਜੇ ਤੱਕ ਉਸ ਦੋਸ਼ੀਆਂ ਨੂੰ ਨਹੀਂ ਕਾਬੂ ਕਰ ਪਾਈ। ਕਿਉਂ ਨਹੀਂ ਕਾਬੂ ਪਰ ਗਈ, ਬੜਾ ਵੱਡਾ ਸਵਾਲ ਹੈ। ਪਰ ਹੁਣ ਗੱਲਬਾਤ ਕਰਦੇ ਹਾਂ ਇਹਨਾਂ ਦੇ ਆਈਓ ਦੇ ਨਾਲ, ਜਿਹੜੇ ਜਿਹਨਾਂ ਕੋਲ ਕੇਸ ਹੈ। ਸਰ, ਇੱਕ ਸਟੂਡੈਂਟ ਘਰੇ ਆ ਰਿਹਾ ਸੀਗਾ ਆਪਣੇ ਸਰਕਾਰੀ ਸਕੂਲ ਤੋਂ ਪੜ੍ਹ ਕੇ ਘਰੇ ਆ ਰਹੇ ਸੀ, ਕੁਛ ਬਦਮਾਸ਼ਾਂ ਨੇ ਉੱਤੇ ਅਟੈਕ ਕੀਤਾ ਹੈ। ਸਰ, ਕੀ ਮਾਮਲਾ ਕੀ ਹੈ ਸਰ? ਉਹ ਬ੍ਰਦਰ ਰਾਤ ਦੇ ਗਿਆ ਕੰਪਲੇਂਟ, ਮੁੰਡੇ ਪੜ੍ਹਦੇ ਆ ਸਕੂਲ ਦੇ ਵਿੱਚ, ਬਦਮਾਸ਼ਾਂ ਨੇ ਨਹੀਂ ਉਹਨਾਂ ਦੀ ਆਸ ਵਿੱਚ ਲੜਾਈ ਹੋਈ ਆ। ਅੱਛਾ, ਨਹੀਂ ਉਹਦੇ ਵੱਲੋਂ ਪਰਿਵਾਰ ਵੱਲੋਂ ਮੈਂ ਦੱਸਿਆ ਗਿਆ ਵਾ ਕਿ 20-25 ਜਣੇ ਮੇਰੇ ਤੇ ਅਟੈਕ ਕੀਤਾ ਵਾ ਦਾਤਾ ਨਾਲ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ। ਵੈਰੀਫਾਈ ਕਰ ਲਿਆ ਬ੍ਰਦਰ, ਫੋਟੋ ਵਗੈਰਾ ਦੇਖ ਲਿਆ ਉਹਨਾਂ ਦਾ ਆਰਾਮ ਦੀ ਕੰਪਲੇਂਟ। ਅੱਛਾ ਜੀ, ਹਾਂ ਜਾ ਕੇ ਵੈਰੀਫਾਈ ਕਰਾਂ ਸਕੂਲ 'ਚ ਪੁੱਛਦੇ ਹਾਂ, ਇਹ ਜਦੋਂ ਹੁਣ ਆਏ ਨੇ ਇਹਨਾਂ ਨੇ ਹੋ ਗਈ ਆ। ਹਾਂਜੀ ਹਾਂਜੀ, ਅਤੇ ਉੱਥੇ ਫੋਟੋਜ਼ ਵਗੈਰਾ ਲੈਂਦੇ ਹਾਂ ਜੀ, ਕੋਈ ਗੱਲ ਨਹੀਂ। ਐਮ ਐਲ ਆਰ ਦੀ ਮੰਗਾਉਂਦੇ ਹਾਂ, ਕੀ ਹੈ ਜੀ ਉਹਨਾਂ ਦਾ? ਠੀਕ ਹੈ ਸਰ, ਪਾਲ ਜਾ ਰਹੀ ਉਹਨਾਂ ਦੀ ਕੀ ਹੈ? ਹਾਂਜੀ ਹਾਂਜੀ, ਉਹ ਫੋਟੋਜ਼ ਵਗੈਰਾ ਦੇਖਣ ਤੋਂ ਗਿਆ ਮੁੰਡਾ ਦੇਖਣ ਸਾਈਕਲ ਦਾ। ਠੀਕ ਹੈ, ਸੀਸੀਟੀਵੀ 'ਚ ਕਿੰਨੇ ਕੁ ਬੰਦੇ ਕੈਦ ਹੋਏ ਕੁਛ ਇੱਦਾਂ ਪਤਾ ਲੱਗਿਆ ਹੋਵੇ? ਬ੍ਰਦਰ ਚੈੱਕ ਕਰਨ ਭੇਜਿਆ ਹੋਇਆ ਮੈਂ ਕਹਿ ਰਿਹਾ, ਜੇ ਫੋਟੋ ਜਾਊਗੀ ਫੇਰ ਹੀ ਪਤਾ ਲੱਗੂਗਾ। ਓਕੇ ਹਾਂਜੀ, ਠੀਕ ਹੈ। ਪਰਿਵਾਰ ਨੂੰ ਸ਼ਾਸਨ ਦਿੱਤਾ ਜਾ ਰਿਹਾ ਸਰ? ਬਿਲਕੁਲ ਬਿਲਕੁਲ, ਸਾਡੇ ਕੋਲ ਆ ਕੇ ਚਲੋ ਪ੍ਰਿੰਸੀਪਲ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਰਾਤ ਕੱਲ ਹੋਈ ਸੀਗੀ ਜਦੋਂ ਸਵੇਰੇ ਇਹਨਾਂ ਨਾਲ, ਉਹ ਕਹਿੰਦਾ ਜੀ ਮਾਮਲਾ ਸਕੂਲ ਦਾ ਸੀਗਾ ਵੀ ਬੱਚੇ ਚਲੇ ਗਏ ਸੀ, ਲੜਾਈ ਝਗੜਾ ਹੋਇਆ ਇਹਨਾਂ ਦਾ ਜੀ, ਇਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਸਕੂਲ ਚੋਂ ਕੱਢ ਦੇਣਾ, ਏਦਾਂ ਦੀ ਕੋਈ ਗੱਲਬਾਤ ਹੋਈ ਆਊਗੀ ਜੀ। ਜੀ ਠੀਕ ਹੈ ਸਰ। ਨਿਊ ਸੁਭਾਸ਼ ਨਗਰ ਦਾ ਇਹ ਨੌਜਵਾਨ ਰਹਿਣ ਵਾਲਾ ਵਾ, ਜਿੱਥੇ ਕਿ ਕੱਲ੍ਹ ਵਾਰਦਾਤ ਨੂੰ ਅੰਜਾਮ ਦਿੰਦੇ ਕੁਛ ਬਦਮਾਸ਼, ਅਤੇ ਲਗਾਤਾਰ ਜਿਹੜਾ ਕੀ ਹੈ ਇਸ ਨੌਜਵਾਨ ਦੀ ਰੇਖੀ ਕਰਦੇ ਹੋਏ ਵੀ ਦਿਖਾਈ ਦਿੰਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ, ਅਤੇ ਹੁਣ ਕਿੰਨੀ ਕੁ ਜਲਦ ਇਸ ਬਦਮਾਸ਼ਾਂ ਨੂੰ ਪੁਲਿਸ ਕਾਬੂ ਕਰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਪਤਾ ਚੱਲੇਗਾ। ਜੁੜੇ ਹੋ ਲੁਧਿਆਣਾ ਲਾਈਵ ਦੇ ਨਾਲ, ਧਰਮਪਾਲ ਦੇ ਨਾਲ ਯੂਮੀ ਰਿਪੋਰਟ। ਧੰਨਵਾਦ।